ਅੱਜ ਸਾਡੇ ਨਾਲ ਭੁਪਿੰਦਰ ਸਿੰਘ ਭੁੱਲਰ ਮੌਜੂਦ ਨੇ ਜਿਨ੍ਹਾਂ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਟਿਕਟ ਦਿੱਤੀ ਹੈਗੀ ਹੈ। ਭੁਪਿੰਦਰ ਸਿੰਘ ਭੁੱਲਰ 35 ਸਾਲ ਪੁਲਿਸ ਦੇ ਵਿੱਚ ਨੌਕਰੀ ਕਰ ਚੁੱਕੇ ਆ ਔਰ ਜੈਪਾਲ ਦੇ ਫਾਦਰ ਹੈ। ਜੈਪਾਲ ਦੇ ਫਾਦਰ ਨੂੰ ਸਾਰੀ ਦੁਨੀਆ ਜਾਣਦੀ ਹੈਗੀ ਹੈ, ਤਾਂ ਅੱਜ ਭੁਪਿੰਦਰ ਸਿੰਘ ਭੁੱਲਰ ਹੋਣਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਉਹ ਕਿਹੜੇ ਮੁੱਦੇ ਜਿਹੜੇ ਆ ਉਹ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ ਚੱਕਣਗੇ। ਪੁਲਿਸ ਸਾਹਿਬ, ਪਹਿਲੇ ਤਾਂ ਤੁਸੀਂ ਸਿਆਸਤ 'ਚ ਕਿਉਂ ਆਏ ਔਰ ਇਸੇ ਪਾਰਟੀ ਦੇ ਵਿੱਚ ਕਿਉਂ ਆਏ? ਮੇਰਾ ਸਿਆਸਤ ਚ ਆਉਣ ਦਾ ਇਹ ਸੀ ਵੀ ਮੈਂ ਰੋਜ਼ ਹੀ ਜਦੋਂ ਖਬਰਾਂ ਟੀਵੀ ਤੇ ਮੋਬਾਈਲ ਤੇ ਅਖਬਾਰ ਰਾਹੀਂ ਦੇਖਦਾ ਤੇ ਰੋਜ਼ ਹੀ ਸਾਡੇ ਨੌਜਵਾਨ ਮਰ ਰਹੇ ਆ, ਕੋਈ ਟੀਕਿਆਂ ਨਾਲ ਮਰ ਰਿਹਾ, ਕੋਈ ਇੱਕ ਦੂਜੇ ਨੂੰ ਮਾਰ ਰਿਹਾ। ਰੋਜ਼ ਇਹੋ ਜਿਹੀਆਂ ਖਬਰਾਂ ਤੇ ਨਿੱਜੀ ਤੌਰ ਤੇ ਵੀ ਲੋਕਾਂ ਨਾਲ ਵਾਪਰਦੀਆਂ ਦੇਖਦਾ। ਇਸ ਕਰਕੇ ਮੈਂ ਸੋਚਿਆ ਵੀ ਆਮ ਲੋਕਾਂ ਨੂੰ ਹੀ ਇੱਥੇ ਅੱਗੇ ਆਉਣਾ ਪਏਗਾ। ਜਿਹੜੇ ਸਿਆਸੀ ਲੋਕ, ਸਿਆਸੀ ਪਰਿਵਾਰ, ਖਾਨਦਾਨ ਬੰਦੇ ਆ, ਉਹਨਾਂ ਨੂੰ ਇਹ ਨਾ ਕੋਈ ਦਰਕਰਾਰ, ਕੋਈ ਵਾਸਤਾ ਨਹੀਂ ਹੁੰਦਾ। ਉਹ ਬੜੀ ਅਮੀਰੀ 'ਚ ਜੰਮਦੇ ਆ ਅਤੇ ਅਮੀਰੀ 'ਚ ਹੀ ਲੀਡਰ ਬਣ ਕੇ ਚਲੇ ਜਾਂਦੇ ਆ। ਇਸ ਕਰਕੇ ਸਾਨੂੰ ਥੱਲੜੇ ਪੱਧਰ ਦੇ ਲੋਕਾਂ ਨੂੰ ਹੀ ਅੱਗੇ ਆਣ ਕੇ ਇਹ ਜਿਹੜੀਆਂ ਅਸੀਂ ਪ੍ਰੋਬਲਮ ਜਾਣਦੇ ਹਾਂ ਜਾਂ ਅਸੀਂ ਹੰਢਾਈਆਂ ਨੇ ਆਪਣੇ ਪਿੰਡੇ 'ਤੇ, ਅਸੀਂ ਉਹ ਹੱਲ ਕਰ ਸਕਦੇ ਹਾਂ। ਇਸ ਕਰਕੇ ਕਿਹੜੇ ਮੁੱਦੇ ਤੁਹਾਡੇ ਰਹਿਣਗੇ ਇਸ ਸੀਟ ਨੂੰ ਲੈ ਕੇ? ਮੇਰਾ, ਸਾਡੀ ਪਾਰਟੀ ਦਾ ਤੇ ਮੇਰਾ ਸਭ ਤੋਂ ਵੱਡਾ ਮੁੱਦਾ ਇਹ ਹੋਏਗਾ ਵੀ ਇਹ ਵਪਾਰ ਲਈ ਸਾਡਾ ਫਿਰੋਜ਼ਪੁਰ ਦਾ ਬਾਰਡਰ ਖਲਵਾਇਆ ਜਾਏਗਾ ਤੇ ਫਾਜ਼ਿਲਕਾ ਦਾ ਵੀ ਸੁਲੇਮਾਨ ਬਾਰਡਰ ਜਿਹੜਾ ਦੋਵੇਂ ਖਲਵਾਇਆ ਜਾਏਗਾ। ਉਹਦੇ ਨਾਲ ਸਾਡਾ ਇਲਾਕਾ, ਸਾਡਾ ਵਪਾਰੀ ਵਰਗ, ਸਾਡਾ ਕਿਸਾਨ ਵਰਗ ਸਾਰਾ ਖੁਸ਼ਹਾਲ ਹੋਏਗਾ, ਮਜ਼ਦੂਰ ਵਰਗ, ਬਾਕੀ ਵਰਕਰ ਲੋਕਾਂ ਨੂੰ ਕੰਮ ਮਿਲੇਗਾ। ਇਹ ਫਿਰੋਜ਼ਪੁਰ ਦਾ ਇੱਕ ਬੜਾ ਵੱਡਾ ਤਰੱਕੀ ਦਾ ਰਸਤਾ ਹੋਏਗਾ। ਅਸੀਂ ਨਸ਼ੇ ਜਿਹੜੇ ਆ ਉਹ ਬੰਦ ਕਰਾਂਗੇ। ਮੇਨ ਇਹ ਆ, ਅਸੀਂ ਨਸ਼ੇੜੀ ਜਿਹੜੇ ਆ ਡਾਕਟਰ, ਉਹਨਾਂ ਨੂੰ ਹਸਪੀਟਲ ਜਾਂ ਕਿਤੇ ਕਰਕੇ ਉਹਨਾਂ ਨੂੰ ਬੰਦ ਕਰਾਂਗੇ, ਆਦਤ ਬੰਦ ਕਰਾਂਗੇ। ਜਦੋਂ ਕੋਈ ਚੀਜ਼ ਦੀ ਮੰਗ ਹੀ ਹਟ ਜਾਏਗੀ ਤਾਂ ਨਸ਼ੇ ਵੀ ਆਪੇ ਹਟ ਜਾਣਗੇ। ਜਿਹੜੇ ਸਮਗਲਰ ਆ ਉਹਨਾਂ ਤੇ ਕਾਰਵਾਈ ਹੋਏਗੀ ਤੇ ਆਪੇ ਹੀ ਬੰਦ ਹੋ ਜਾਣਗੇ ਤੇ ਕਾਨੂੰਨ ਦਾ ਜਣੀ ਰਾਜ ਹੋਏਗਾ, ਨਾ ਕਿ ਪ੍ਰੋ। ਇਦਾਂ ਹੁਣ ਤੇ ਥਾਣਿਆਂ ਨੂੰ ਸਿਆਸੀ ਲੋਕ ਚਲਾ ਰਹੇ ਆ, ਨਾ ਕਿ ਪੁਲਿਸ ਅਫਸਰ ਚਲਾ ਰਹੇ। ਪੁਲਿਸ ਸਾਹਿਬ, ਬੜੀ ਵੱਡੀ ਗੱਲ ਹੈ ਕਿ ਜੈਪਾਲ ਦੇ ਨਾਲ ਗੈਂਗਸਟਰ ਜੋੜਿਆ ਗਿਆ, ਜੈਪਾਲ ਨੂੰ ਗੈਂਗਸਟਰ ਕਿਹਾ ਜਾਂਦਾ ਸੀਗਾ, ਤਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖੋਗੇ ਔਰ ਕਿਵੇਂ ਤੁਸੀਂ ਜਿਹੜਾ ਆਪਣਾ ਚੋਰ ਪ੍ਰਚਾਰ ਕਰੋ, ਕਿਉਂਕਿ ਵਿਰੋਧੀ ਵੀ ਇਸ ਚੀਜ਼ ਨੂੰ ਜਿਹੜਾ ਉਹ ਚੱਕਣਗੇ? ਜੀ ਨਹੀਂ, ਚਲੋ ਗੈਂਗਸਟਰ ਜੋੜਿਆ ਜਾਂਦਾ ਵਾ ਹੈਗਾ ਵਾ, ਪਰ ਮੈਂ ਜੇ ਕੋਈ ਜੈਪਾਲ ਦੀ ਮੈਂ ਗਲਤ ਗੱਲ ਵੇਖੀ ਜਾਂ ਸੁਣੀ ਹੁੰਦੀ ਤੇ ਮੈਂ ਤੁਹਾਡੇ ਸਾਹਮਣੇ ਉਹ ਨਸ਼ਰ ਕਰਦਾ। ਤੇ ਇਸ ਕਰਕੇ ਮੈਂ ਕੋਈ ਇਹੋ ਜਿਹੀ ਗੱਲ ਜੈਪਾਲ ਦੀ ਨਹੀਂ ਸੁਣੀ ਜਿਹਦੇ ਨਾਲ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨ ਪਏ ਜਾਂ ਲੋਕ ਮੇਰੇ ਨਾਲ ਨਫ਼ਰਤ ਕਰਨ। ਉਹ ਇਨਸਾਨਾਂ ਹੀ ਰਿਹਾ, ਭਗੌੜਾ ਹੋਇਆ ਵੀ ਉਹਨੇ ਜਿਹੜਾ ਸਿਸਟਮ ਨਾਲ ਹੀ ਤੋਂ ਬਚਦਾ ਰਿਹਾ, ਜਾਨ ਬਚਾਉਣ ਲਈ ਅੱਗੇ ਪਿੱਛੇ ਹੁੰਦਾ ਰਿਹਾ। ਇਹ ਝੂਠੇ ਕੇਸ ਪਾਈ ਗਏ, ਕੁਛ ਪੋਲੀਟੀਕਲ ਲੋਕਾਂ ਦੀ ਦਖਲਅੰਦਾਜ਼ੀ ਨਾਲ ਉਹਦਾ ਕਤਲ ਕਰ ਦਿੱਤਾ ਗਿਆ। ਦੂਸਰਾ ਬੇਟਾ ਵੀ ਜੇਲ੍ਹ ਦੇ ਵਿੱਚ ਹੈਗਾ। ਹਾਂ, ਉਹ ਮੈਂ ਉਹਦੀ ਜੇ ਆਵਾਜ਼ ਉਠਾਈ ਤੇ ਦੇਖ ਲਓ, ਦੂਸਰੇ ਨੂੰ ਬਾਹਰੋਂ ਆਏ ਨੂੰ ਉਹਨਾਂ ਕੇਸ ਪਾ ਕੇ ਤੇ ਜੇਲ੍ਹ 'ਚ ਕੱਟਤਾ, ਤੇ ਝੂਠੇ ਹੀ ਕੇਸ ਪਾ ਤੇ। ਪੰਜਾਬ 'ਚ ਇਹੋ ਜਿਹਾ ਚੱਲਣ ਫਿਰ ਕੁਝ ਇੱਕ ਪੁਲਿਸ ਅਫਸਰਾਂ ਨੇ ਚੁੱਕ ਲਿਆ। ਉਹ ਇਹੋ ਜਿਹੇ ਵਿਉਂਤ ਬਣਾ ਕੇ ਖਾਸ ਕਰ ਸਿੱਖ ਮੁੰਡਿਆਂ ਨੂੰ ਹਿੱਟ ਕਰਦੇ ਆ, ਉਹਨਾਂ ਦੇ ਝੂਠੇ ਕੇਸ ਪਾਉਂਦੇ ਆ, ਬਾਅਦ 'ਚ ਉਹਨਾਂ ਨੂੰ ਗੈਂਗਸਟਰ ਬਣਾਉਂਦੇ, ਫਿਰ ਮਾਰ ਦਿੰਦੇ ਆ। ਤੇ ਇਹ ਝੂਠੇ ਕੇਸਾਂ ਦਾ ਪ੍ਰਚਲਨ ਪਿਛਲੇ ਕੁਝ ਚਿਰ ਤੋਂ ਦੁਬਾਰਾ ਸ਼ੁਰੂ ਫਿਰ ਪੰਜਾਬ 'ਚ ਹੋਇਆ, ਤੇ ਉਹਨਾਂ ਦੇ ਝੂਠੇ ਕੇਸ ਬਣਾ ਤਿੰਨ ਪੈ ਗਏ ਤੇ ਗੈਂਗਸਟਰ ਬਣ ਗਿਆ, ਗੋਲੀ ਵੱਜ ਗਈ ਤੇ ਉਸ ਨੂੰ ਹੀ ਮੁਕਾਬਲੇ ਇਨਕਾਊਂਟਰ ਹੋ ਗਿਆ ਉਹਦਾ।
ਇਸ ਕਰਕੇ ਸਿਸਟਮ ਸ਼ੁਰੂ ਹੋ ਗਿਆ। ਹਾਲਾਂਕਿ ਅਸੀਂ ਜੈਪਾਲ ਦੀ ਜ਼ਿੰਦਗੀ ਦੇ ਬਾਰੇ ਕਾਫੀ ਸੁਣਿਆ ਵੀ ਔਰ ਪੜ੍ਹਿਆ ਵੀ ਹੈ ਕਿ ਲੋਕਾਂ ਨੇ ਵੀ ਸਾਨੂੰ ਦੱਸਿਆ ਕਿ ਜੈਪਾਲ ਇੱਕ ਬੜਾ ਵਧੀਆ ਸਪੋਰਟਸ ਪਰਸਨ ਸੀਗਾ, ਬੜਾ ਵਧੀਆ ਪਲੇਅਰ ਸੀਗਾ। ਹਾਂ, ਪਲੇਅਰ ਤਾਂ ਸੀਗਾ ਹੀ ਸੀਗਾ, ਉਹ ਇਨਸਾਨ ਵੀ ਵਧੀਆ ਸੀਗਾ। ਉਹਦੇ ਬਿਲਕੁਲ ਕੋਈ ਇਹੋ ਜਿਹੀ ਹੈ ਹੀ ਨਹੀਂ ਸੀ ਨਾ ਕਿ ਇਹਨਾਂ ਧੱਕਾ ਕਰ ਸਕਦਾ ਸੀ। ਹਾਂ ਠੀਕ ਹੈ, ਕੁਛ ਇੱਕ ਧੱਕਿਆਂ ਦੇ ਖਿਲਾਫ ਉਹਦਾ ਸਟੈਪ ਨਾਲ ਦਾ ਜਿਹੜਾ ਉਹਦਾ ਚੱਕਿਆ। ਫਰੈਂਡ ਜਿਹੜਾ ਸੀ ਉਹਨੂੰ ਸਿਸਟਮ ਨੇ ਧੋਖੇ ਨਾਲ ਮਾਰਤਾ, ਉਹਦੇ ਬਦਲੇ ਲੈਣ ਲਈ ਉਹ ਉਸ ਲੀਏ ਚੜ ਗਿਆ ਮੇਨ ਤੇ। ਉਹਦਾ ਜਿਹੜਾ ਇਸ ਬੰਨੇ ਆਉਣ ਦਾ ਕਾਰਨ ਆਪਣੇ ਉਹਦੀ ਯਾਰੀ ਨਾਲ ਹੀ ਉਤਰ ਗਿਆ। ਪਰ ਨਹੀਂ ਜਾਣਾ ਚਾਹੀਦਾ ਗਲਤ ਤੁਸੀਂ ਹੋਇਆ, ਸਮਝ। ਸਾਨੂੰ ਮਾਰ ਹੀ ਗਿਆ ਉਹ, ਸਾਡਾ ਤਾਂ ਖਤਮ ਹੋ ਗਿਆ ਸਭ ਕੁਛ, ਰਿਹਾ ਹੀ ਕੁਛ ਨਹੀਂ ਪੱਲੇ, ਨਹੀਂ ਸੀ ਸਭ। ਮੈਂ ਤਾਂ ਹੀ ਆ ਵੀ ਹੋਰ ਬੱਚੇ ਉਹਦੇ ਵੱਲ ਵੇਖ ਕੇ ਜੈਪਾਲ ਨਾ ਬਣ। ਜੇ ਜੈਪਾਲ ਇਹੋ ਜਿਹੇ ਕਰਾਈ ਪੈ ਸਕਦਾ ਤੇ ਹੋਰ ਬੱਚੇ ਤੇ ਬੜੀ ਆਸਾਨੀ ਨਾਲ ਪੈ ਸਕਦੇ, ਕਿਉਂ ਇਹ ਪੁਲਿਸ ਅਫਸਰ ਹੀ ਬਣਦੇ ਆ ਵੀ ਉਹ ਇੰਟੈਲੀਜੈਂਟ ਸੀ, ਕਾਬਿਲ ਸੀ, ਨੌਲੇਜ ਸੀ ਤੇ ਹਰ ਇੱਕ ਉਹਦੇ ਚ ਗੁਣ ਸੀਗੇ, ਕੁਦਰਤੀ ਨੇਚਰਲੀ ਗੁਣ ਸੀ, ਰੱਬ ਵੱਲੋਂ ਤਾਕਤ ਵੀ ਸੀ। ਤਾਂ ਵੱਡੀ ਜਿੱਤ ਹਾਸਲ ਕਰੋਗੇ ਇਸ ਇਲਾਕੇ ਤੋਂ। ਬਿਲਕੁਲ, ਤੁਹਾਡੀ ਭੈਣ ਭਰਾਵਾਂ ਦੀ ਕਿਰਪਾ ਨਾਲ ਹੀ ਮੈਂ ਵੱਡੀ ਜਿੱਤ ਹਾਸਲ ਕਰ ਸਕਾਂਗਾ। ਮੈਨੂੰ ਉਮੀਦ ਹੈ ਕਿ ਮੈਨੂੰ ਸਾਰੇ ਭੈਣ ਭਰਾ ਵੋਟਾਂ ਪਾ ਕੇ ਜਿਤਾਉਣਗੇ ਤੇ ਮੈਂ ਉਹਨਾਂ ਦੀ ਸੇਵਾ ਕਰ ਸਕਾਂ। ਤਾਂ ਭੁਪਿੰਦਰ ਸਿੰਘ ਭੁੱਲਰ ਹੋਣਾ ਨੇ ਕਿਹਾ ਕਿ ਉਹ ਵੱਡੀ ਜਿੱਤ ਹਾਸਲ ਕਰਨਗੇ ਔਰ ਜਿਹੜੇ ਮੁੱਦੇ ਹੈਗੇ ਆ, ਬਾਰਡਰ ਖੁਲਵਾਉਣ ਦੀ ਗੱਲ ਕਰ ਰਹੇ ਆ, ਇੰਡਸਟਰੀ ਲਿਆਉਣ ਦੀ ਔਰ ਨਸ਼ਾ ਖਤਮ ਦੀ ਕਰਨ ਦੀ ਗੱਲ ਕਰ ਰਹੇ ਹੈਗੇ ਨੇ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ।